ਸਤਿਕਾਲ ਆਰਵੀ ਰੋੜਾ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਕਿਹਾ ਆਪਾਂ ਇੱਕ ਛੋਟਾ ਜਿਹਾ ਹੋਰ ਬਲੌਗ ਬਣਾਈਏ। ਅੱਜ ਤੁਹਾਡੇ ਸਾਹਮਣੇ ਆਪਾਂ ਬਲੌਗ ਬਣਾਵਾਂਗੇ ਮੋਮਸ ਵਾਲਾ। ਬਸ ਥੋੜਾ ਜਿਹਾ ਬਣਾਉਣਾ, ਅੱਜ ਤੁਹਾਨੂੰ ਮੋਮਸ ਹੀ ਦਿਖਾਣੇ ਆਪਾਂ ਕਿੱਦਾਂ ਬਣਦੇ ਹੁੰਦੇ ਆ, ਉਹੀ ਦਿਖਾਵਾਂਗੇ। ਚਲੋ ਮੈਂ ਕਿਹਾ ਪਹਿਲਾਂ ਆਪਾਂ ਬਣਾਇਆ, ਕਦਾ ਬਣਾਇਆ ਸੀ ਪਹਿਲਾਂ ਆਪਾਂ, ਪਹਿਲਾਂ ਕਿਹੜਾ ਬਲੌਗ ਬਣਾਇਆ ਸੀ? ਪਹਿਲਾਂ ਤੁਹਾਨੂੰ ਮਨਚੂਰੀਅਨ ਦਾ ਦਿਖਾਇਆ, ਹੁਣ ਮੈਂ ਕਿਹਾ ਆਪਾਂ ਮੋਮਸ ਦਾ ਦਿਖਾਣਾ। ਆਪਾਂ ਮੈਂ ਕਿਹਾ ਜੇ ਵਧੀਆ ਲੱਗਦਾ ਤਾਂ ਮੈਂ ਕਿਹਾ ਤੁਹਾਨੂੰ ਦਿਖਾ ਦਈਏ, ਜੇ ਸਾਡੀਆਂ ਵਧੀਆ ਰੈਸਪੀਆਂ ਲੱਗੀਆਂ ਕੀ ਪਤਾ ਆਪਾਂ ਇੱਕ ਰੇਹੜੀ ਲਾ ਲਈਏ। ਚਲੋ ਆਪਾਂ ਤੁਹਾਨੂੰ ਰੈਸਪੀ ਦਿਖਾਉਂਦੇ ਆ। ਤੁਹਾਨੂੰ ਇੰਨਾ ਕਹਿੰਦਾ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਕਿੱਦਾਂ ਦਾ ਵਲੌਗ ਲੱਗਦਾ। ਚਲੋ ਤੁਹਾਨੂੰ ਦਿਖਾਈਏ ਆਪਾਂ ਕਿੱਦਾਂ ਦਾ, ਆਪਾਂ ਸਾਰੀ ਰੈਸਪੀ ਤੁਹਾਨੂੰ ਦਿਖਾਉਂਦੇ ਆ। ਆਹ ਦੇਖੋ ਆਹ ਮਾੜਾ ਜਿਹਾ ਦਿਖਦਾ ਪਿਆ ਨਾ, ਮੈਂ ਜਦੋਂ ਬਲੌਗ ਸ਼ੁਰੂ ਕਰਦਾ ਨਾ ਇਹਨੂੰ ਇੱਕੋ ਹੀ ਗੱਲ ਆਉਂਦੀ ਆ ਕਿ ਚੰਗਾ ਹੁਣ ਤੁਹਾਨੂੰ ਆਪਾਂ ਤੁਹਾਨੂੰ ਰੈਸਪੀ ਦਿਖਾਈਏ। ਚੰਗਾ ਓਕੇ ਮੋਮਸ ਬਾਜ਼ਾਰੋਂ ਖਾ ਕੇ ਨਾ ਮਨ ਆਪ ਗਿਆ, ਨਾਲੇ ਤਾਂ ਮਹਿੰਗੇ ਤੇ ਨਾਲੇ ਪਤਾ ਨਹੀਂ ਵਿੱਚ ਕੀ ਪਾਉਂਦੇ ਕੀ ਨਹੀਂ ਪਾਉਂਦੇ, ਸਫਾਈ ਵੀ ਨਹੀਂ ਹੁੰਦੀ। ਆਹ ਦੇਖੋ ਆਪਾਂ ਹੁਣ ਆਪਾਂ ਘਰੇ ਪੱਤਾ ਗੋਭੀ ਨਹੀਂ ਪਾਉਣੀ, ਫੁੱਲ ਗੋਭੀ ਪਾ ਕੇ ਬਣਾਉਣੇ ਆ। ਗਾਜਰ ਮਟਰ ਫੁੱਲ ਗੋਭੀ ਸਾਰਿਆਂ ਨੂੰ ਬਰੀਕ ਬਰੀਕ ਕਰਕੇ ਫਿਰ ਆਪਾਂ ਇਹਨਾਂ ਮਿਕਸਰ ਬਣਾ ਕੇ ਮੋਮਸ ਦੇ ਬਣਾ ਕੇ ਰੋਟੀ ਟਾਈਪ ਉਹਦੇ 'ਚ ਫਿਕਸ ਕਰਕੇ ਫਿਰ ਤੁਹਾਨੂੰ ਬਣਾ ਕੇ ਦਿਖਾਵਾਂਗੇ। ਇਹਦਾ ਮਟਰ ਦਾ ਕੋਫਤਾ, ਇਹ ਸਾਡੀ ਮਾਤ ਲੱਗੀ ਹੋਈ ਹੈ। ਮਿਕਸਰ ਤਿਆਰ ਕਰ ਰਹੇ ਹਾਂ ਮੋਮਸ ਦਾ, ਇਹਦੇ ਵਿੱਚ ਤੁਹਾਨੂੰ ਦੱਸਾਂਗੇ ਕੀ ਪੈਂਦਾ ਅਤੇ ਆਹ ਦੇਖਿਓ ਮਾੜਾ ਜਿਹਾ। ਇਹ ਸਾਡਾ ਸਾਰਾ ਮਿਕਸਰ ਤਿਆਰ ਹੋ ਚੁੱਕਿਆ ਵਾ, ਇਹ ਸਾਡੇ ਇਹ ਵੇਖੋ ਜੀ, ਇਹ ਸਾਡੀ ਬਿੱਲੀ ਕਿੱਦਾਂ ਬੈਠੀ ਆ, ਦੇਖ ਇਹ ਬਿੱਲੀ, ਦੇਖੋ ਜੀ ਇਹ 'ਚ ਕੀ ਪਊਗਾ। ਇਹ ਪਾਵਾਂਗੇ ਆਪਾਂ ਥੋੜ੍ਹੀ ਜਿਹੀ ਗ੍ਰੀਨ ਚਿੱਲੀ, ਗ੍ਰੀਨ ਚਿੱਲੀ ਆ ਗਈ ਜੀ ਸਾਡੀ, ਗ੍ਰੀਨ ਚਿੱਲੀ, ਇਹ ਹੈਗੀ ਰੈੱਡ ਚਿੱਲੀ ਸੌਸ, ਇਹ ਆ ਗਿਆ ਰੈੱਡ ਚਿੱਲੀ ਸੌਸ, ਹੁਣ ਪਾਵਾਂਗੇ ਥੋੜ੍ਹਾ ਸਿਰਕਾ ਜੀ, ਵਿੱਚ ਪਾਵਾਂਗੇ ਥੋੜ੍ਹੀ ਸੋਇਆ ਸੌਸ, ਇਹਦੇ ਨਾਲ ਟੇਸਟ ਬਹੁਤ ਵਧੀਆ ਹੋ ਜਾਂਦਾ। ਵੇਖੋ ਜੀ ਸਾਡਾ ਇਹਦੇ ਸਾਡਾ ਤਿਆਰ ਹੁੰਦਾ ਪਿਆ ਵਾ ਮਿਕਸਚਰ, ਆ ਪਾਵਾਂਗੇ ਆਪਾਂ ਕਾਲੀ ਮਿਰਚ, ਆ ਕਾਲੀ ਮਿਰਚ ਤੇ ਅਜੀਨੋਮੋਟੋ, ਅਜੀਨੋਮੋਟੋ ਤੁਹਾਨੂੰ ਪਤਾ ਫਾਸਟ ਫੂਡ 'ਚ ਪੈਂਦਾ ਹੀ ਪੈਂਦਾ ਅਤੇ ਇਹਦੇ ਨਾਲ ਥੋੜ੍ਹਾ ਜਿਹਾ ਟੇਸਟ ਵੀ ਆ ਜਾਂਦਾ ਜੀ। ਇਹ ਮਿਕਸਚਰ ਆਪਣਾ ਸਾਰਾ ਰੈਡੀ ਹੈ ਬਸ, ਅਤੇ ਨਮਕ ਪਾਵਾਂਗੇ ਇਹਦੇ 'ਚ ਸਵਾਦ ਅਨੁਸਾਰ, ਨਮਕ ਪਾ ਦੇਣਾ, ਨਮਕ ਨਾ ਪਹਿਲਾਂ ਪਾ ਕੇ ਨਾ ਰੱਖਿਓ ਨਹੀਂ ਤਾਂ ਪਾਣੀ ਛੱਡ ਜਾਊਗੀ, ਨਮਕ ਥੋੜ੍ਹਾ ਹੀ ਪਾਵਾਂਗੇ ਆਪਾਂ, ਜ਼ਿਆਦਾ ਫਿਰ ਖਰਾਬ ਕਰੂ ਕੰਮ। ਲਓ ਜੀ ਆਪਾਂ ਮਿਕਸ ਕਰ ਲਾਂਗੇ, ਆਦਰ ਆਪਣੀ ਮੋਮਸ ਦੀ ਡੋ ਵੀ ਤਿਆਰ ਹੈ। ਆਹ ਦੇਖੋ ਜੀ ਇਹਦੇ ਛੋਟੇ ਛੋਟੇ ਬਾਲ ਬਣਾ ਕੇ ਫਿਰ ਉਹਨਾਂ ਨੂੰ ਵੇਲ ਕੇ ਫਿਰ ਬਣਾਵਾਂਗੇ ਆਪਾਂ ਮੋਮਸ। ਲੋ ਜੀ ਗੋਲੀਆਂ ਆਪਣੀਆਂ ਹੋ ਗਈਆਂ ਤਿਆਰ ਮੋਮਸ ਵਾਲੇ, ਪੇੜੇ ਲੱਡੂ ਗੋਲ ਜੋ ਵੀ ਹੁੰਦਾ ਉਹ ਆਪਣਾ ਹੋ ਗਿਆ ਤਿਆਰ ਇੱਧਰ ਦੇਖੋ, ਅਤੇ ਇੱਧਰ ਤੁਹਾਨੂੰ ਵੇਲ ਕੇ ਆਪਣੀ ਸਟੱਫਿੰਗ ਤਿਆਰ ਹੁੰਦੀ ਪਈ ਹੈ ਵਿੱਚ ਭਰੀ ਜਾਂਦਾ, ਆਹ ਬਣਦੇ ਪਏ ਆਪਣੇ ਮੋਮਸ। ਅਤੇ ਅੱਜ ਤੁਹਾਨੂੰ ਵਧੀਆ ਤਰੀਕੇ ਬਣਾ ਕੇ ਦਿਖਾਵਾਂਗੇ ਕਿੱਦਾਂ ਰੈਡੀਮੇਡ ਹੀ, ਤੁਹਾਨੂੰ ਪੂਰੇ ਰੈਡੀਮੇਡ ਹੀ ਲੱਗਣਗੇ ਕਿੱਦਾਂ ਦੇ ਹੁੰਦੇ ਆ।
ਸਾਡਾ ਕਾਲੂ ਭਰਾ ਵੀ ਨਾਲ ਤਿਆਰੀ 'ਚ ਖਿੱਚਦਾ ਰਹਿੰਦਾ। ਇਹ ਕਹਿੰਦਾ ਚਲੋ ਅੱਜ ਤੁਹਾਨੂੰ ਭਾਅ ਜੀ ਮੋਮਸ ਖਾਣੇ ਆ, ਕਹਿੰਦਾ ਮੈਨੂੰ ਬਾਹਰ ਜ਼ਿਆਦਾ ਖਾਣੇ ਆ, ਕਹਿੰਦਾ ਮੇਰੇ ਕੋਲ ਪੈਸੇ ਥੋੜ੍ਹੇ ਆ। ਮੈਂ ਕਿਹਾ ਚੱਲ ਅੱਜ ਆਪਾਂ ਘਰੇ ਹੀ ਬਣਾਵਾਂਗੇ, ਤੈਨੂੰ ਅੱਜ ਥੋੜ੍ਹੇ ਪੈਸਿਆਂ 'ਚ ਜ਼ਿਆਦਾ ਮੋਮਸ ਖਵਾਉਂਦੇ ਆ। ਚਲੋ ਆ ਹੁਣ ਜਦੋਂ ਤਿਆਰ ਹੁੰਦੇ ਆ ਫਿਰ ਤੁਹਾਨੂੰ ਦਿਖਾਉਂਦੇ ਹਾਂ ਪੂਰੇ ਪ੍ਰੋਪਰ, ਠੀਕ ਹੈ ਜੀ? ਓਕੇ। ਆਪਾਂ ਹੁਣ ਰੱਖਣ ਲੱਗੇ ਸਟੀਮ ਹੋਣੇ ਮੋਮਸ। ਆਹ ਦੇਖੋ ਦੇਸੀ ਸਾਡਾ ਸਟੀਮ, ਜਿਨ੍ਹਾਂ ਕੋਲ ਸਟੀਮਰ ਨਹੀਂ ਹੈਗਾ ਉਹ ਇੱਦਾਂ ਜੁਗਾੜ ਲਾ ਸਕਦਾ, ਪੰਜਾਬੀ ਵੈਸੇ ਹੁੰਦੇ ਜੁਗਾੜੀ। ਇੱਦਾਂ ਸਟੀਮ ਕਰ ਲਓ, ਪਹਿਲਾਂ ਰੱਖੋ ਕੜਾਹੀ, ਉਹਦੇ ਉੱਤੇ ਰੱਖੋ ਇੱਕ ਵਿੱਚ ਕੀ ਪਾਏ ਪਾਣੀ, ਵਿੱਚ ਪਾਣੀ ਪਾ ਕੇ ਉੱਤੇ ਰੱਖੀ ਆਪਾਂ ਜਾਲੀ, ਅਤੇ ਉੱਤੇ ਰੱਖਤੇ ਆਪਾਂ ਮੋਮਸ, ਅਤੇ ਉਹਦੇ ਉੱਤੇ ਆਪਾਂ ਰੱਖਾਂਗੇ ਆਹ ਵਾਲੀ ਕੜਾਹੀ, ਇੱਕ ਹੋਰ ਕੜਾਹੀ ਰੱਖਾਂਗੇ ਉੱਤੇ, ਅਤੇ ਫਿਰ ਆਪਾਂ ਦੋ ਕੜਾਹੀਆਂ 'ਤੇ ਜੋੜ ਕੇ ਵਿੱਚ ਪਾਣੀ ਅਤੇ ਚਾਲੀ ਰੱਖ ਕੇ ਇੱਦਾਂ 15 ਮਿੰਟ ਸਟੀਮ ਕਰਨੇ ਲਓ। 15 ਮਿੰਟ ਬਾਅਦ ਆਪਾਂ ਕੱਢਾਂਗੇ, ਸਟੀਮ ਹੋ ਜਾਣਗੇ, ਉਸ ਤੋਂ ਬਾਅਦ 'ਚੋਂ ਫਿਰ ਆਪਾਂ ਕਰਾਂਗੇ ਇਹਨੂੰ ਫਰਾਈ। ਚਲੋ ਹੁਣ ਤੁਹਾਨੂੰ ਆਪਾਂ ਸਟੀਮ ਕਰਕੇ ਫਿਰ ਮਿਲਦੇ ਹਾਂ। ਲਓ ਜੀ ਸਾਡੇ ਮੋਮਸ ਹੋ ਗਏ ਸਟੀਮ, ਹਾਫ ਸਟੀਮ ਕਰ ਲਿਆ ਆਪਾਂ, ਠੀਕ ਹੈ ਜੀ? ਹੁਣ ਆਪਾਂ ਕਰਦੇ ਹਾਂ ਫਰਾਈ, ਹਾਫ ਸਟੀਮ ਕਰਕੇ ਫਿਰ ਹੀ ਆਪਾਂ ਫਰਾਈ ਕਰਨੇ ਆ, ਫਿਰ ਹੀ ਆਪਣਾ ਪ੍ਰੋਪਰ ਮੋਮਸ ਤਿਆਰ ਹੋਣਾ। ਚਲੋ ਆਹ ਤੁਹਾਨੂੰ ਲੱਗਾ ਵਿੱਚ ਤੇਲ ਦੇ ਪਾਉਣ ਮੋਮਸ, ਜਿੰਨੇ ਜਿਹੜੇ ਨੇ ਸਟੀਮ ਖਾਣੇ ਆ ਨਾ ਉਹਨਾਂ ਦੁਬਾਰਾ ਸਟੀਮ ਕਰ ਸਕਦਾ, ਨਹੀਂ ਤਾਂ ਫਰਾਈ ਕਰਵਾ ਦੇਖੋ ਚੱਲੇ ਵਿੱਚ। ਪਰ ਆਪਾਂ ਨੂੰ ਸਟੀਮ ਫਰਾਈ ਵਧੀਆ ਲੱਗਦੇ ਆ, ਸਟੀਮ ਨਹੀਂ ਵਧੀਆ ਲੱਗਦੇ। ਜੇ ਸਟੀਮ ਖਾਣੇ ਆ ਤੁਸੀਂ ਇਹਨੂੰ ਇੱਕ ਵਾਰੀ ਹੋਰ ਸਟੀਮ ਕਰ ਲਿਓ ਤੇ ਪ੍ਰੋਪਰ ਸਟੀਮ ਬਣ ਜਾਣਗੇ, ਨਹੀਂ ਤਾਂ ਫਰਾਈ ਆ ਦੇਖੋ ਇਹਦੇ ਦੇਖੋ ਇੱਦਾਂ ਹੀ ਫਰਾਈ ਕਰਕੇ ਫਿਰ। ਚਲੋ ਹੁਣ ਤੁਹਾਨੂੰ ਫਰਾਈ ਪੂਰੇ ਜਦੋਂ ਹੋ ਜਾਣਗੇ ਫਿਰ ਦਿਖਾਉਂਦੇ ਹਾਂ। ਆਹ ਚੈੱਕ ਕਰੋ ਸਾਡੇ ਫਰਾਈ ਮੋਮਸ ਲੱਗਦੀ ਨਾ ਪੂਰੀ ਰੈਡੀਮੇਡ ਇੱਧਰ ਤਿਆਰ ਹੁੰਦੇ ਪਏ, ਅਸੀਂ ਬਾਜ਼ਾਰੋਂ ਨਹੀਂ ਲਿਆਂਦੇ, ਇੱਧਰ ਚੈੱਕ ਕਰੋ ਅਸੀਂ ਆਪਣੇ ਘਰ ਹੀ ਬਣਾਉਂਦੇ ਹਾਂ। ਜਿਹੜੀ ਚੀਜ਼ ਖਾਣੀ ਆ ਆਪਾਂ ਘਰੇ ਬਣਾਈ ਦੀ ਆ, ਬਾਹਰੋਂ ਆਪਾਂ ਨੂੰ ਜਲਦੀ ਪਸੰਦ ਨਹੀਂ ਹੁੰਦੀ। ਲੋਕਡਾਊਨ 'ਚ ਅਸੀਂ ਇਹੀ ਕੰਮ ਕੀਤਾ ਨਜ਼ਾਰੇ ਵਾਲੀ। ਆਪਾਂ ਪੁੱਛਦੇ ਹਾਂ ਆਪਣੇ ਸਾਰਿਆਂ ਤੋਂ ਖਵਾ ਕੇ ਇਹਦਾ ਚੈੱਕ ਕਰ, ਬਣ ਗਏ ਨਾ ਨਜ਼ਾਰੇ ਵਾਲੇ? ਖਾ ਕੇ ਦੱਸੋ, ਖਾ ਕੇ ਦੱਸ ਨਾ ਕਿੱਦਾਂ ਦੇ। ਆਹੋ ਜਰਾ ਮਾਹੋ ਆਹੋ ਦੱਦੀ ਬਣ ਲਈ ਨਹੀਂ ਸਾਡ ਨਾਲ, ਨਜ਼ਾਰਾ ਆਇਆ? ਨਜ਼ਾਰਾ ਆਇਆ ਕਿ ਨਹੀਂ? ਪੂਰਾ ਪੂਰਾ ਲੈ, ਦੰਦੀ ਵੱਢ ਕੇ ਪਤਾ ਲੈਂਦੇ ਕਿੰਨੇ ਕਿੰਨੇ ਚੋ ਕਿੰਨੇ ਨੰਬਰ ਮਿਲਣੇ ਚਾਹੀਦੇ ਹੁਣ। ਅੱਛਾ ਕਿੱਦਾਂ ਦੇ ਲੱਗੇ? ਓਕੇ ਆ ਚਲ ਖਾ ਲੈ, ਮਤਲਬ ਤੂੰ ਵੀ ਲੈ, ਤੂੰ ਤਾਂ ਖਾ ਕੇ ਦੱਸਿਆ ਨੀ। ਚੱਕੀ ਚੱਕੀ ਖਾ ਕੇ ਦੇ, ਇੱਧਰ ਲਈ ਜਾਂਦੇ ਸਾਰੇ ਨਜ਼ਾਰੇ ਮੁਹੰਮਦ ਦੇ। ਨਹੀਂ ਨਹੀਂ ਉਹ ਆਪੇ ਬਣਾਈ ਹੈ ਇਹ, ਹਾਂ ਸਾਰਾ ਕੁਝ ਘਰੇ ਬਣਾਇਆ। ਨਹੀਂ ਇਹ ਤਾਂ ਚਲੋ ਪੈਕਟ ਆਉਂਦੇ ਆ ਘਰ ਦੇ, ਲੈਂਦੇ ਪਏ ਆਪਣੇ ਮੋਮਸਾਂ ਦੇ ਨਜ਼ਾਰੇ। ਇਹ ਤੁਹਾਨੂੰ ਨਿੱਕਾ ਜਿਹਾ ਇੱਕ ਛੋਟਾ ਜਿਹਾ ਬਲੌਗ, ਜੇ ਤੁਹਾਨੂੰ ਵਧੀਆ ਲੱਗਿਆ ਰੈਸਪੀ ਸਾਡੀ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ। ਚੰਗਾ ਜੀ ਇੱਥੇ ਨਜ਼ਾਰੇ ਲਈ ਜਾਣੇ ਨੇ ਸਾਰਿਆਂ ਨੇ। ਓਕੇ ਮਿਲਦੇ ਹੁਣ ਆਪਾਂ ਅਗਲੇ ਬਲੌਗ 'ਚ।